आपने पार हो गए, कई रात हो जाते हैं, बहुत ज्यादा वृद्धि कदर होगी, सिमर विच वृद्धि लागी, वृद्धि ब्रह्माकार बढ़े, तदो फिर काफी समाज को सिमर कर देना हो गया। एक मुट्ठी है पौधे विच दो चार दाने छकते हैं, पानी भी हंसा कई छकते हैं, और ने कोई जब भी कार कर ले तदो बड़ा प्रकाश होया, नेरा स्वच्छ तेल मेल तेल का चांदना तारा, थोड़े दिन मेरे नहीं गया नारा, कथे कथो चाहे मैं कोई और मन पाएगा, बहुत मीठा है, बहुत सुपर। ओदे विच गुरु नानक देव जी प्रगट हो गए सामने कारदार दिते, पुरखा की जाने रहो मारा कृपा करो, गरीबता सर्व सर्व करो, ऐसा कोई आपका इतना स्वरूप बच्चों सपुत्र जो सारी दुनिया में भला करे कुल दुनिया का, आप मन मंडी से महान व्यक्ति रम गण तत्व बेटे महापुरखों का मन सचारे का ज्ञान होया है। वैली मुंडली विद्याशाली घर विचों पिता तो हासिल की संख्या नाल पाठ स्कूल हो गया, 1901 संबंध विच ਇਹ ਤਿਆਗ ਕੀਤਾ। ਇਹ ਜਿੱਥੋਂ ਗੰਗਾ ਜੀ ਨੇ ਇਹ ਅੰਬਰ ਦਾ ਸੋਮਾ ਪਰ ਕਿਤਰਾ ਆਪ ਸਹੀ ਸਹੀ ਮਹੀਨੇ ਵਿੱਚ ਚੌਂਕ ਕਰਕੇ ਪੰਜ ਪੈਰਾਂ ਦੀ ਅੰਬਰ ਦਾ ਬਾਟਾ ਤਿਆਰ ਕੀਤਾ ਹੈ, ਉੱਥੇ ਅੰਬਰ ਛੱਕੇ ਇਤਰਾ ਵਿਚਾਰ ਬਣਾਈ ਚਲੇ ਤੇ ਇੱਕ ਸਾਧੂ ਸਿੰਘ ਨਿਹੰਗ ਗੁਰੂ ਦੇ ਬਾਗ ਵਿੱਚ ਰਹਿਣ ਵਾਲਾ ਪ੍ਰੇਮੀ ਸੀ, ਉਹਨਾਂ ਮਹਾਂਪੁਰਖਾਂ ਦੇ ਸਾਧਾ ਦੇ ਚੰਗੀ ਤਰ੍ਹਾਂ ਉਸ ਨੂੰ ਆਖਿਆ ਕਿ ਜਿਹੜੇ ਕਮੇਟੀ ਦੇ ਤੰਗ ਛਕਾਉਂਦੇ ਨਾ ਉਹਨਾਂ ਤੋਂ ਅਸੀਂ ਅੰਬਰ ਨਹੀਂ ਛਕਾਂ, ਕੋਈ ਚੰਗੀ ਤਰ੍ਹਾਂ ਖਿਲਾਰੇ ਨਿਤ ਨੇ ਹੀ ਕਮਾਈ ਕਾ ਲਾਗਲ ਸਿਮਰ ਵਾਲੇ ਪ੍ਰੇਮੀ ਪ੍ਰੇਮ ਬੰਦੇ ਸਾਹਿਬ ਤਦੋਂ ਸਾਧੂ ਸਿੰਘ ਨਿਹੰਗ ਪ੍ਰੇਮੀ ਨੇ ਚੰਗੇ ਬੰਦੇ ਛਾੜ ਕੇ ਅਭਿਆਸੀ ਭਾਈ ਰਾਮ ਸਿੰਘ ਜੀ ਲਾਇਆ, ਅਭਿਆਸੀ ਮੰਗਲ ਸਿੰਘ ਲਾਇਆ, ਅਭਿਆਸੀ ਅੰਗਰ ਸਿੰਘ ਲਾਇਆ, ਬਹੁਤ ਸਿਮਰਨ ਕਰਨ ਵਾਲਾ ਗੁਰੂ ਸਿੰਘ ਲਾਇਆ, ਭਾਈ ਹਰੀ ਸਿੰਘ ਮਹਾਰਾਜ ਦੀ ਤਾਰਿਆ ਪਠਾਇਆ, ਇਤਨਾ ਬਹੁਤ ਪ੍ਰੇਮ ਦੇ ਨਾਲ ਉਹਨਾਂ ਨੇ ਬੇਟੀ ਵਿਅਕਤੀ ਹੈ ਵਿਸ਼ੇਸ਼ ਕਰਕੇ ਆਮ ਛਕਣ ਜਿੱਥੇ ਪਹਿਲਾਂ ਮਹਾਰਾਜ ਦੀ ਬਾਤ ਕਰਕੇ ਉੱਥੇ ਆਏ ਸਰਕਾਰ ਕੇ ਬਹੁਤ ਪ੍ਰੇਮ ਨਾਲ ਬਾਟਾ ਤਿਆਰ ਕੀਤਾ, ਬੜੇ ਪ੍ਰੇਮ ਨਾਲ ਛਕਿਆ, ਪ੍ਰੇਮ ਨਾਲ ਬੜਾ ਮਹਾਂਪੁਰਖਾਂ ਨੇ ਛਕਿਆ। ਇਹ ਸਾਰੀ ਸਿੱਖਿਆ ਜੋ ਗੁਰੂ ਕਰਮਿਕਾ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਪਿਆਰਾਂ ਨੂੰ ਸਾਰਾ ਕੁਝ ਰਹਿਤ ਵਹਿਤ ਅਸੀਂ ਸਾਰਾ ਕੁਝ ਉਤਰੀ ਮਹਾਂਪੁਰਖਾਂ ਨੂੰ ਵੀ ਸੁਣਾਇਆ, ਕਰਮਿਕਾ ਤੇ ਸੁਣਾਏ ਹੋਏ ਕਰੋ ਉਹ ਕਰੋ ਜਿਵੇਂ ਰਹਿਤ ਨਾ ਵਿੱਚ ਭਾਈ ਸੁਖਦਾ ਸਿੰਘ ਭਾਈ ਦਇਆ ਸਿੰਘ ਦੇ ਆਸਰੇ ਰਹਿਤ ਨਾਮੇ ਹਨ ਪੁਰਾਤਨ, ਇਤਨਾ ਬਹੁਤ ਪ੍ਰੀਤੀ ਨਾਲ ਅੰਮ੍ਰਿਤ ਛਕਾ ਕੇ ਫਿਰ ਮਹਾਂਪੁਰਖ ਅੰਮ੍ਰਿਤ ਛਕ ਕੇ ਚੌਕੜਾ ਮਾਰ ਕੇ ਬੈਠ ਗਏ। ਰਜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਕਰੀ ਜਾਂਦੇ ਹੈ, ਧਿਆਨ ਕਰੀ ਜਾਂਦੇ ਹੈ, ਉਦੋਂ ਫਿਰ ਨਿਗਾ ਪਿਆਰ ਬੜਾ ਸਰੂਪ ਦਾ ਨਿਰਾਕਾਰ ਦਾ ਦਰਸ਼ਨ ਹੋਇਆ, ਖੁੱਲਾ ਖੁੱਲਾ ਸਤਿ ਚਿਤਨੰਦ ਦਾ
रामदास के पास सामने आ गए। सदगुरु रामदास जी सामने आ गए, सदगुरु अर्जन देव जी सामने प्रकट हो गए, मेरे पिता महाराज शहंशाह छेवें पातशाह सामने हो गए, सतवें पातशाह श्री हर राय जी, अठवें श्री हर गोबिंद गुरु तेग बहादुर सामने आए। राजे घर के दर्शन किया, फिर कुमारी चढ़ी नारी सेवा तो आपके जन मन के निवेदे और अंग ब्रह्मान तो कदे जरा ब्रह्मानंद जपा जाकर गुरुआ ने जिंदगी बच्च हर वेले थोड़े सहायक होवे पिता वचन किते महापुरखा देखो जो दसा स्वरूप के दर्शन हो गए महापुरख पिया कर दे। इस तरह सात संग जी
विद्या दैन की असली विद्या की जो कुछ भी महापुरखा ने उन्होंने पुखारा को भंडार आए फिर इन्होंने बिरखता निम्रता सहन शिरता बहुत गुण दे के ना कहते हम तुम यहां पर हो कोने कोने पे जाके सतन नाम बाणी नाल जुड़ो संगतां नूं नाम जपाओ नाम नसीब लाओ संगत को एक प्रेर के अमर दी दाता छकाओ जो कर गई था शहन शाह पिता जी ने गुरु के कांसी तरमा साध अर्थ कहते और टकसाली अर्थ ਤੁਸੀਂ ਸੰਸਾਰ ਵਿੱਚ ਕੇ ਸਾਰੇ ਪ੍ਰਗਟ ਕਰੋ ਇਹ ਆਸ਼ੀਰਵਾਦਾਂ ਲੈ ਰਹੇ ਆ ਮਹਾਂਪੁਰਖਾਂ ਨੇ ਫਿਰ ਆ ਕੇ ਭਿੰਡਰੇ ਦੀ ਕਥਾ ਕੀਤੀ ਪ੍ਰੇਮ ਦੇ ਨਾਲ ਕੁਝ ਫਿਰ ਪਤਨੀ ਕੀਤੀ ਉੱਥੇ ਦੀ ਮਾਨ ਸੰਤਾਂ ਦੀ ਇੱਦਾਂ ਬੈਠਾਂ ਉਹ ਪਧੌਰ ਕੀਤੀ ਫਿਰ ਤਾਂ ਬੀਜਦੇ ਬੀਜਦੇ ਸੰਸਾਰ ਭਰ ਵਿੱਚ ਮਹਾਂਪੁਰਖ ਪਾਰਾ ਸਾਹਿਬ ਕਸ਼ਮੀਰ ਇਲਾਕਾ ਤੱਕ ਬਹੁਤ ਵਿੱਚ ਗਏ ਔਰ ਸਾਹਿਬ ਬ੍ਰਹਮ ਨਾਦ ਤੱਕ ਸਾਹਿਬ ਦੇ ਬਾਅਦ ਨਗਵਾਲ ਤੱਕ ਪਿੱਤਰਾਂ ਬਹੁਤ ਦੂਰ ਦੂਰ ਤੱਕ ਆਪਣੇ ਸੁਗੰਧੀਆਂ ਲੱਠਾਂ ਬਹੁਤ ਅਰਥਾਂ ਦੀਆਂ ਅਤਵੀ ਵਾਰਤਾ ਦੀਆਂ ਘਾਟ ਘਾਟ ਤੇ ਬਹੁਤ ਕੁਝ ਮਹਾਂਪੁਰਖਾਂ ਨੇ ਇੰਨਾ ਪਰਉਪਕਾਰ ਕੀਤਾ ਇੰਨਾ ਪਰਉਪਕਾਰ ਜਿੱਥੇ ਵੀ ਜਾਂਦੇ ਜਦੋਂ ਦਸਾਂ ਗੁਰਾਂ ਦੇ ਦਰਸ਼ਨੇ ਹੋ ਗਏ ਆਸ਼ੀਰਵਾਦ ਹੈ ਪ੍ਰਭਾਵ ਪੈਣਾ ਪੈਣਾ ਹੀ ਹੈ ਗੁਜਰਾਤ ਇਲਾਕੇ ਵਿੱਚ ਖਾਸ ਕਰਕੇ ਟਾਂਡਾ ਨਗਰ ਨਾਲ ਸੰਤ ਪ੍ਰੇਮ ਸਿੰਘ ਭਾਗ ਸਿੰਘ ਹੋਰ ਵੀ ਨਾਲ ਸਨ ਉੱਥੇ ਨਾ ਦੇਖਿਆ ਜਿਵੇਂ ਗੱਡੀਆਂ ਗੱਡੀਆਂ ਵਾਲੇ ਹੁੰਦੇ ਨਾ ਉਹਨਾਂ ਲੋਕਾਂ ਦੇ ਇਹੋ ਜਿਹੇ ਰਿਵਾਜ਼ ਸੀ ਬੀਬੀਆਂ ਦੇ ਬਾਤਰੇ ਮਹਾਂਪੁਰਖਾਂ ਦੇ ਬਈ ਤੁਸੀਂ ਆਹ ਪੰਜਾਬ ਦਾ ਇਲਾਕੇ ਦੇ ਰਹਿਣ ਵਾਲੇ ਹੋ ਇਹ ਗੱਡੀ ਵਾਲਾ ਖਰਾਬ ਆ ਜਾ ਜੋ ਅਸਲੀ ਪਹਿਰਾਵਾ ਹੈ ਉਹ ਪਹਿਰੋ ਕਥਾ ਵਿਚਾਰ ਕਰਦਿਆਂ 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 ਸਾਰੇ ਮਾਈ ਭਾਈ ਕਸ਼ਹਿਰੇ ਪਾਓ ਕੰਮ ਸ਼ਕ ਨੂੰ ਤਿਆਰ ਹੋ ਜਾਓ ਲੋਈ ਗੈਰ ਇਲਾਕਾ ਜਾ ਜਿੰਦਾ ਬੜਾ ਲਿਵਾਸ ਹੈ ਹੋਰ ਤਰ੍ਹਾਂ ਦਾ ਸੀ ਪਰ ਐਸੇ ਮਹਾਰਾਜ ਦੀ ਕਮਾਈ ਕਰਨਾ ਪ੍ਰਾਪਤੀ ਵਸਾ ਸਾਦਗੀ ਰੱਖਣਾ ਉੱਥੇ ਕਾਫੀ ਸਮਾਂ ਲਾਇਆ ਕਾਫੀ ਸਮਾਂ ਲਾ ਕੇ ਨਾ ਫਿਰ ਸੰਗਤਾਂ ਤਿਆਰ ਹੋ ਗਈਆਂ ਛਕਣ ਇੰਨਾ ਅਸਲ ਭਰਾ ਪਿਆ ਸਿੰਘ ਜੀ ਦਸ ਹਜ਼ਾਰ ਬੰਦੇ ਨੇ ਮਾਈ ਭਾਈ ਨੇ ਆਮ ਛਕਿਆ ਉੱਥੇ ਕਹਿੰਦੇ ਹੋ ਛਕੋ ਜਿੰਨੇ ਜ਼ਿੰਦਗੀ ਪਰ ਵੈਦ ਰੱਖਣੀ ਹੈ ਉਹ ਛਕੋ ਜਿੰਨੇ ਸ਼ਰਾਬ ਆਪ ਉਲਟ ਚੀਜ਼ ਨੇ ਕੋਈ ਵਰਤ ਨਹੀਂ ਉਹ ਛਕੋ ਬੀਬੀਆਂ ਜਿਹਨਾਂ ਨੇ ਵੈਰ ਕਰਦੇ ਗੀਤ ਨਹੀਂ ਗਾਉਣੇ ਹੋਰ ਕਿਸੇ ਦੀ ਮਨੌਤ ਨਹੀਂ ਕਰਨੀ ਉਹ ਛਕੋ ਦਸ ਹਜ਼ਾਰ ਨੇ ਆਪ ਛਕਿਆ ਤੇਈ ਘੰਟੇ ਆ ਗਏ ਮਹਾਂਪੁਰਖ ਵਿੱਚ ਆਪ ਸ਼ਾਮਿਲ ਸੀ ਤੇਈ ਘੰਟੇ ਦਸ ਹਜ਼ਾਰ ਨੂੰ ਅੰਮ੍ਰਿਤ ਛਕਾਇਆ ਇਉਂ ਮਹਾਂਪੁਰਖ ਤਤ ਗਿਆਨੀ ਪਰਸ਼ੋਤਮ ਗੁਰਬਚਨ ਖਾਲਸਾ ਉਹ ਕਹਿੰਦੇ ਸਾਡੇ ਕੋਲ ਨਾ ਲਿਖ ਰੱਖ ਰੇਖ ਟਿਕਟ ਹੈ ਜੋ ਕਿ ਮਹਾਂਪੁਰਖ ਪਰਮਾਤਮਾ ਵਿਦਿਆ ਕਰਦੇ ਸੰਤ ਸੁੰਦਰ ਸਿੰਘ ਉਹਨਾਂ ਨੇ ਦਸ ਲੱਖ ਪੁਰਾਣਿਆਂ ਨੂੰ ਦਸ ਲੱਖ ਪੁਰਾਣਿਆਂ ਨੂੰ ਛਕਾਇਆ ਗੁਰਦੁਆਰਾ
की महिमा कौन वर्ण कर सकता। ब्रह्म ज्ञानी प्रभुता मिले ब्रह्म ज्ञानी का प्रवेश होता है स्व कौन दे सरवाना वासी दी हाजरी पा रहे हैं जो के रक्षा व्यास निर्विघ्नता सहित वासी दा श्री कंठ पाठ साहब और जो महाराज सच्चे पाशा पंजवें पाशा सन हुक्मनामा बख्श रहे हैं सिक्ख्या दे रहे हैं ओदी आपां विचार कर लिए सुन सुनारिये कारण
एक बहुत बड़ी चीज है।
एक परोसा जो आपका बेटा एक नंबर है।
दान करके न संतोष, बिना संतोष नहीं कोई राज्य है और संतोष हमारा से पाशा संतोष बख्शो संतोष कर दई जाते गई जाते संतोखिया दूजे देने क्या विचार दूजे दानी है बहुत मंगते हैं बड़ा मंगते हैं सेवा थोड़ी मंग बहुता चौथे सो आते हैं इतना दाते भी विलखण हम तो सारे दाता का दाता सारे दान को देने वाला दाता है दाता बहुत बड़ा दाता है ब्रह्मा विष्णु सारे प्ले तो खाए सब जा चुका तुम बड़ा भारी दाता है दान करना दान देने भी दान करके अहंकार करके तेरा कतरा कतरा ही है पर दान दे के बल्ले बल्ले सोना दान तो अभी तो हम बड़ा को दान करते हैं पर दान देने का भी ढंग है मेल छट के अहंकार छट के की दे देंगे सारे को है कि है दत्ता परमात्मा दिया असी की दे देंगे देने के लिए नहीं तो करता पर है नहीं कि जैस जब परमात्मा दंदा को का दित्ते विच्छेद पर दान पुण्य करते हैं एक करते ओ बड़ा दाता है दाता का भी दाता है ते कईयां ने
ਰਾਮਾ ਰਿਹਾ ਦੇਖੇ ਕੁਲੇ ਵਜੋਏ ਮੁਕਰਾਂ ਦਾ ਚੰਗੇ ਸੀ ਉਹ ਪਸ਼ੂ ਉਪਨ ਨਹੀਂ ਹੋਇਆ ਮੈਂ ਸਜ਼ਾ ਦਿੱਤੀ ਉਜਾੜ ਵਿੱਚ ਭੇਜੇ ਸਭ ਸਜ਼ਾ ਪਿਤਰਾ ਜਿਹਨਾਂ ਕੋਈ ਕੀਤਾ ਸੀ ਉਹਨੂੰ ਸਜ਼ਾਵਾਂ ਦਿੱਤੀਆਂ ਜਿਹਨਾਂ ਬੜਾ ਪਕੜੇ ਤਾਂ ਸਜਾਇਆ ਹੋਇਆ ਬਹੁਤ ਸੁਰਤਾਂ ਦੀ ਤਰਾਈ ਰਜਾ ਰਜਾਈ ਆਦ ਪ੍ਰੇਮ ਨਾਲ ਸੇਜਾ ਬੋਣੀ ਹੋਈ ਹੈ ਸਾਧਾ ਸੰਯੋਗ ਸਰਹਿਣਾ ਹੰਕਾਰ ਦੀ ਨਿਵਿਰਤੀ ਹੈ ਪ੍ਰਕਾਸ਼ ਰੋਸ਼ਨੀ ਕਰੇ ਕਰੇ ਲੈਟ ਦਾ ਪ੍ਰਬੰਧ ਹੈ ਪੂਰਾ ਉਹ ਸੰਦਾ ਪਿਆ ਉੱਥੇ ਰਹਿ ਕੇ ਬੈਠ ਜਾਣਾ ਉਹਨਾਂ ਦਾ ਰਾਜ ਸਮਾਗਮ ਕਰਤਾ ਇੱਦਾਂ ਇੱਕ ਬਾਹਰ ਦਾ ਦ੍ਰਿਸ਼ਟਾਂਤ ਦਾਸ ਰਾਮ ਨਕਲੀਮ ਸੋਖ ਪਾਸ਼ਾ ਸਾਹ ਪਾਸ਼ਾ ਰਾਜਾ ਦਾ ਭਾਣ ਭਾਣ ਪਾਸ਼ਾ ਕਾਰ ਨੂੰ ਸੱਚੇ ਪਾਸ਼ਾ ਉਸ ਕਾਰ ਨੂੰ ਆਪਣਾ ਮਨੁੱਖ ਸਰੀਰ ਦਿੱਤਾ ਕਹਿਤਾ ਹਰ ਮਨ ਦੇ ਵਿੱਚ ਸਰੀਰ ਹੈ ਜਿਹੜਾ ਇਹਨੂੰ ਸੁੱਚੀ ਸਾਫ ਸੁਥਰਾ ਰੱਖੇਗਾ ਸਜਾ ਕੇ ਰੱਖੇਗਾ ਠੀਕ ਖਾਣਾ ਪੀਣਾ ਹੋਊਗਾ ਬਹੁਤ ਠੀਕ ਰੱਖੋ ਮੈਂ ਦੇਖ ਕੇ ਜਿਹੜਾ ਸਰੀਰ ਮੰਦਰ ਅੱਛਾ ਲੱਗਿਆ ਉਹ ਰਿਦੇ ਤੱਕ ਨਿਵਾਸ ਕਰਕੇ ਮੈਂ ਰਾਜ ਭਾਗ ਦੇ ਦੇਣਾ ਇਤਨਾ ਅਡਵਾਸਮੈਂਟ ਕਰਾਈ ਗਈ ਸਾਹ ਸਮਝੀਓ ਅਕਾਲ ਪੁਰਖ ਨੇ ਮਨੁੱਖ ਸਰੀਰ ਦੀ ਵਾਸ ਕੀਤੀ ਇਹਦੇ ਵਿੱਚ ਇਸਦੇ ਵਿੱਚ ਰਹਿੰਦਾ ਰਾ ਪਰਮਾਤਮਾ ਦੇਖਿਆ ਜਿਹਨਾਂ ਨੇ ਤਾਂ ਸਰੀਰ ਨੂੰ ਕਾਮ ਕ੍ਰੋਧ ਆ ਪਸ਼ੂ ਵਾੜੇ ਹੋਏ ਕਾਮ ਕ੍ਰੋਧ ਸਜਾਵਾਂ ਦਿੱਤੀਆਂ ਜਿਹਨੇ ਹੋਰ ਖਾਣਾ ਪੀਣਾ ਗਲਤ ਸਜਾਵਾਂ ਦਿੱਤੀਆਂ ਕਈਆਂ ਨੇ ਅਦਾਲੇ ਮੁਸ਼ਾਹਰੇ ਮੌਕੇ ਦਾ ਇੱਕ ਸਾਰਾ ਸੋਰ ਦਸਤਾਰ ਵਿਗਾੜ ਦਿੱਤੀ ਰੱਖੀਆਂ ਨੇ ਕਈਆਂ ਨੇ ਸੰਨੀਆਂ ਸੰਘਾ ਰੋਸਣਦਾਂ ਨੇ ਭਾਂਤੇ ਕਟਹਿਰੇ ਭਾਂਤੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਕਈਆਂ ਪ੍ਰੇਮੀ ਨੇ ਵੀਰ ਜੈਸੇ ਜੀ ਪੇਟ ਤੇ ਜੋ ਐਸੀ ਨਹੀਂ ਬੈਠ ਹੋਰ ਤੇਰਾ ਕਰਤਾ ਬਾਬਾ ਪੂਜਣਾ ਲੱਖ ਕਰੋ ਜਿਹਨਾਂ ਨੇ ਗੁੱਠੇ ਪੈਰ ਤੋਂ ਲੈ ਕੇ ਸਾਫ ਸੁਥਰਾ ਹੈ ਜਿਤਨਾ ਮਾਂ ਦੇ ਉਹ ਤੋਂ ਪੈਦਾ ਹੋਈ ਹੈ ਸਾਫ ਸੁਰੱਖੇ ਹੋਈ ਹੈ ਸਾਫ ਸੁਰ ਦਸਤਾਰ ਸਿਖਾ ਕਈਆਂ ਨੇ ਤਾਂ ਵਸੈਲੇ ਨੇ ਉਹ ਕਾਸ ਜੂੜਾ ਉਹ ਜੁੜਾ ਵੱਢ ਕੇ ਦੇ ਦਿੱਤਾ ਉਹਨਾਂ ਦੇ ਸਾਖ ਸਜਾਵਾਂ ਸਾਫ ਸੋਚ ਰੱਖ ਭੰਨੇ ਗਈ ਮਾਨ ਰੱਖਿਆ ਚੰਗੀਆਂ ਸਜਾਵਾਂ ਦਿੱਤੀਆਂ ਜਿਹਨਾਂ ਨੇ ਸਾਫ ਦਸਤਾਰ ਸਿਖੜਾ ਉਹਨਾਂ ਦਾ ਕਦਰ ਕੀਤਾ ਪ੍ਰੇਮੀ ਲੈਟ ਦਾ ਵੀ ਇੰਤਜ਼ਾਮ ਸਾਰਾ ਕੁਝ ਰਿਦਾ ਤੱਕ ਪਸੰਦ ਆ ਗਿਆ ਰਿਦੇ ਤੱਕ ਤੇ ਪਰਮਾਤਮਾ ਪ੍ਰੇਮੀ ਦੇ ਆਨਵਾਸ ਕੀਤਾ ਉਹ ਤਾਂ ਪ੍ਰੇਮੀ ਰਿਦਾ ਸੁਖ ਦੇਖ ਕੇ ਉਸ ਕਾਰਨ ਛੋਟਾ ਆਸਨ ਆਸਨ ਤੇ ਬੈਠਾ ਉਹਦਾ ਪ੍ਰੇਮ ਵਿਅਕਤੀ ਨੂੰ ਆਪਦਾ ਸਰੂਪ ਰੂਪੇ ਤੱਕ ਸਵਾਗ ਭਾਵੇ ਦੇ ਦਿੱਤਾ ਪ੍ਰੇਮ ਵਿੱਚ ਲੱਭੇ ਹੋਇਆ ਗੁਰਗਾਵਾਂ ਦੀ ਰਾਤ ਕੀਤੇ ਕੰਮ
ब्राह्मण गुणान तेरी प्राप्ति दे, तेरे चंगे गुण गांधारा मेहर करो सच्चे पातशाह, पढ़ा करो मेरा गुण गांधारा गुण गा तेरे को तो बैठ जाए और मैं बेकर दया करो मेहर करो तेरा जस नान बाद बाणी जाप करता रहा से
प्रेरित बैठ के बिछ रहे हैं मारो लाखा बठिंडा
चल बैठी चल
ਕੀ ਕੀਤਾ ਸੀ ਇਹ ਉਹ ਕਹਿੰਦੇ ਸੱਚੇ ਪਾਤਸ਼ਾਹ ਦੋਵਾਂ ਨੂੰ ਪੜ੍ਹ ਦੇਣਾ ਸੀ ਕੋੜੇ ਨੂੰ ਤੇ ਘਰ ਵਾਲੇ ਨੂੰ ਆ ਪਾਪ ਕੰਨਿਆ ਆ ਪਾਪ ਇਹਨਾਂ ਪਾਪ ਕੋਈ ਸੰਗਤ ਕਰਨ ਤੋਂ ਕੋਈ ਪਰਮਾਰਥ ਦੀਆਂ ਗੱਲਾਂ ਸੁਣਨ ਤੋਂ ਬਚਤ ਹੋ ਗਈ ਬੜਾ ਸੁਖਿਆ ਨਾ ਕਿੱਦਾਂ ਦੱਸਦਾ ਇਸ ਤਰ੍ਹਾਂ ਪਾਪ ਕਰਦਿਆਂ ਸੋਚੋ ਚਗੜਾ ਕੰਟਾ ਆ ਪਤਾ ਨੀ ਕੀ ਪੰਜ ਸਾਡਾ ਪੁੰਨ ਕਰਦਿਆਂ ਨਾ ਸੋਚੋ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ ਜਿਹਨਾਂ ਅੰਮ੍ਰਿਤ ਛਕਣਾ ਹੈ ਉਹ ਕਿਰਪਾ ਹੈ ਭਾਈ ਜਗਨਾਥ ਸਿੰਘ ਹੋਰ ਮੋੜ ਮੋੜ ਜੇ ਕਹਿੰਦੇ ਪ੍ਰੇਮੀ ਕਿਸੇ ਕੋਲ ਨਾਮ ਖਾਓ ਉਹਦੇ ਮੁਤਾਬਕ ਦੇਗ ਬਣ ਜਾਣੀ ਹੈ ਤਕਰੀਬਨ ਸਾਢੇ ਗਿਆਰਾਂ ਕੁ ਵਜੇ ਆਪਾਂ ਹੁਣ ਪਹਿਲਾਂ ਕਰ ਦੇਣਾ ਹੈ ਸਾਰਾ ਤਾਂ ਦੇਵੀ ਆ ਗਏ ਤਾਂ ਸਾਰਾ ਗੁਰਦੁਆਰਾ ਪਾਉਣਾ ਹੈ ਤਾਂ ਵਿਹਲਾ ਕਰਨਾ ਹੈ ਬਾਰਾਂ ਕੁ ਵਜੇ ਤਾਂ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਸ਼ੁਰੂ ਹੋ ਜਾਣਾ ਹੈ ਜਿਹੜੇ ਅਜੇ ਹੋਏ ਦੋ ਜਿੱਤੇ ਜੇ ਹਨ ਇੱਕ ਚੇਤੇ ਬਣ ਜਾਓ ਸੁਨਹਿਰੀ ਆਸਰਾ ਮਨੁੱਖ ਸਰੀਰ ਦਾ ਮਿਲ ਸਕਦੀ ਹੈ ਇੱਥੋਂ ਛੁੱਟ ਗਏ ਸ਼ੌਕ ਨਾ ਠਾਓ ਜੇ ਸਵਾਸਾਂ ਦੀ ਪੂੰਜੀ ਖੱਤ ਪਏ ਤਾਂ ਦਾਤ ਕਿੱਥੇ ਮਿਲਣੀ ਸੀ ਇਸ ਕਰਕੇ ਅੰਮ੍ਰਿਤ ਦੀ ਅੰਮ੍ਰਿਤ ਛਾਵੇ ਸਿਹਤ ਮਿਲ ਗਏ ਚੰਗਾ ਰਾਤਾ ਪੈਂਦਾ ਇੱਕ ਚੰਗਾ ਰਾਹ ਪੈ ਜਾਂਦਾ ਬੰਦਾ ਰੱਬ ਨੇ ਜਿਹੜੇ ਜਾਣ ਜੋਗੇ ਸਾਧਨ ਕਰ ਲੈਂਦਾ ਤਾਂ ਕਰਕੇ ਅੰਮ੍ਰਿਤ ਵਰਗੀ ਕੋਈ ਚੀਜ਼ ਹੈ ਨੀ ਅੰਮ੍ਰਿਤ ਕੌਰਾ ਵੇਖਿਆ ਵੇਖੇ ਮਨ ਮੁੱਖ ਨਕੰਮੇ ਉਹ ਕਹਿੰਦੇ ਖਾਓ ਪੀਓ ਵੈਸੋ ਮਰਨ ਤਾਂ ਹੈ ਖਾਓ ਪੀਓ ਮਰ ਜਾਂਦਾ ਉਹ ਪੁਕਾਰ ਦੇਖ ਉਹਦਾ ਬਣਨਾ ਕੀ ਹੈ ਜਿਹੜੇ ਪੋਚੇ ਖਿਆਲਾਂ ਦੇ ਸਜਾ ਹੀ ਸਜਾ ਮਿਲਣੇ ਖਾਤਾ ਬਣਦਾ ਹਨ ਸ਼ਰਾਬੀਆਂ ਨੂੰ ਅਗਰ ਪੁੱਤਰ ਦਾ ਪਿਸਾਬ ਮਿਲਣਾ ਹੀ ਹੈ ਗੰਦੇ ਧੂਆਂ ਨੂੰ ਅੱਗੇ ਪੁੱਤਰ ਦਾ ਬੇਟਾ ਦੋਵੜੇ ਚੜ੍ਹਨਾ ਹੀ ਹੈ ਬੱਚੇ ਭੈੜੇ ਕੰਮਾਂ ਤੋਂ ਵਿਚਾਰ ਕਰਦੇ ਹੋਏ ਸਬਜ਼ੀਆਂ ਜਮ੍ਹਾਂ ਕਰਨੀਆਂ ਸੇਵਾ ਭਾਵ ਸਹਾ ਕੇ ਜਿਵੇਂ ਨਵਾਬ ਕੋਸ ਨੇ ਪੱਖੇ ਦੀ ਸੇਵਾ ਕੀਤੀ ਹੈ ਜਿਵੇਂ ਭਾਈ ਮਾਂਝ ਨੇ ਗੁਰੂ ਮਹਾਰਾਜ ਦੇ ਲੰਗਰ ਦੀ ਸੇਵਾ ਕੀਤੀ ਹੈ ਇਸ ਤਰ੍ਹਾਂ ਭਾਈ ਔਰ ਬੰਦੇ ਬਹਾਦਰ ਗੁਰਾਂ ਦਾ ਹੁਕਮ ਮੰਨ ਕੇ ਸੇਵਾ ਕੀਤੀ ਹੈ ਖੰਡਾ ਖੜਕਾ ਕੇ ਸਾਹਿਬ ਜਿੰਦਰ ਦੇ ਪੈਰ ਲਏ ਹਨ ਵੱਡ ਵਟਾਵਾ ਕੀਤਾ ਹੈ ਜਿਵੇਂ ਧੜ ਨਾਲ ਜੰਗ ਲੜ ਕੇ ਬਾਬਾ ਦੇਵ ਸਿੰਘ ਨੇ ਗਿਰਜਾ ਨੂੰ ਪਹੁੰਚਾਇਆ ਸੇਵਾ ਕੀਤੀ ਸਫਾਇਆ ਕੀਤਾ ਹੈ ਅੰਮ੍ਰਿਤ ਸਾਹਿਬ ਦੀ ਬਾਕਾਇਦਾ ਮਰਿਆਦਾ ਪਵਿੱਤਰਤਾ ਕਾਇਮ ਕੀਤੀ ਹੈ ਸੇਵਾ ਭਾਵ ਕਰਕੇ ਨਿਮਰਤਾ ਧਾਰ ਕੇ ਸੇਵਾ ਕਰਕੇ ਨਿਮਰਤਾ ਮਾਣ ਮੰਦਿਰ ਸੋ ਸੇਵ ਜਿਹੜਾ ਹੰਕਾਰ ਕਰਦਾ ਮੇਰਾ ਸਤਕਾਰ ਹੋਏ ਮੇਰੇ ਜਲੋਸ ਵਿਕਨ ਮੈਂ ਬੜਾ ਭਾਰੀ ਸੇਵਾ ਦਾ ਭਾਵ ਕਰਨ ਬਣਾਉਂਦ ਉਹ ਤਾਂ ਜਾਈਏ ਵੀ ਸੇਵ ਐਸਾ ਹੈ ਪਰ ਕਦਰਾਂ ਕਤਰਾ ਮਹਾਰਾਜ ਸਾਨੂੰ ਸਮਰਤ ਬਖਸ਼ੋ ਹਰਿਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਰਨ ਤਾਰਨ ਸਾਹਿਬ ਪਾਵਨ ਪਵਿੱਤਰ ਹੋਰ ਰੋਗ ਦੂਰ ਕਰਨ ਵਾਲੇ ਮੋਦ ਕਰਨ ਵਾਲੇ ਸੇਵਾ ਹੋ ਜੇ ਸਾਥੋਂ ਜਿਵੇਂ ਇੱਛਾ ਦੇ ਪੰਜੇ ਪਾਤਸ਼ਾਹ ਦੇ ਸਾਡੀ ਸੇਵਾ ਪੂਰੀਆਂ ਕਰ ਦਿੱਤੀਆਂ ਅਸੀਂ ਉਹਨਾਂ ਤੋਂ ਆਪਾਂ ਘੁੰਮਾਂ ਵਾਰ ਲੈ ਰੋ ਰੋ ਕਰਕੇ ਜਾਂਦੇ ਹਾਂ ਜਿਸ ਗੁਰਾਂ ਨੇ ਸਾਡੇ ਕੋਲ ਪ੍ਰਤਿਗਿਆ ਕੀਤ ਅਬਰੋ ਰੱਖੀ ਹੈ ਜੋ ਜੋ ਰੋੜਦੇ ਜਾਂਦੇ ਕੀਤਾ ਉਹ ਸੋਈ ਕਰਾਣ ਦਾ ਫਿਰ ਨਾ ਕੋਈ ਪਾਏ ਦਾ ਸਮਾਂ ਕਾਫੀ ਹੋ ਗਿਆ ਲੰਗਰ ਜ਼ਿਆਦਾ ਖੁੱਲ੍ਹਾ ਤਾਂ ਪ੍ਰੇਮ ਨਾਲ ਛਕੋ ਬਾਹਰ ਦੀਵਾਨ
पब्लिक पार्क है, ये अमृत प्रचार चुपवाज आई प्रस ओना पास करो बिल्कुल इतने वाजनी होनी चाहिए। इन्होंने अमृत छकना अकाल का पूरा प्रबंध लगा रखे हुए हैं, जेड़े जैसे ते विच कतार आपे पांच प्यारे जाने हैं, लदे के अंदर दाव सेवा हो गई है, सजे हुए हम आग बिरड़े सजे दे, जेना ने कोई सजे खबे और फिल्टर दे लोहे दिया कुपाना है, काटा पर लोहे को बगैर कई कई लंदे हैं, सजे खबे बैठे हैं, उन्हें तो कतार ले लदे हैं, किसान भी पेंडलम बोर्ड ने पैसे करपाना छोटियां अमर रोगदिशियां अमर छकन वाले प्रेमी कुर्ता पजामा कुर्ता पजामा पाके आना भरावान है। अजकल बनैना नहीं चलिया कचहरी तक ने कटे बनैना दिया तेल का पात्र भवें पका है हाथ लगे जाते हैं, आम तो बड़ी भारी चीज है, अमृत छकन वाले सुधाई करांगे भरा कुर्ता पजामा। जिन्हों बीबिया ने अमृत की दात लैनी है कोई गहना हाथ पे तो बीबिया बहुत सियानिया गहना कटना हो जे नौ पास लंगर बिच नौ पास लागो इतना बना लो हाथ भी कद लाए नहीं से ਜੇ ਕੋਈ ਮਹਿੰਦੀ ਮੁੰਦੀ ਲਾਈ ਹੈ ਉਹ ਅੰਦਰ ਦਸਣਾ ਮੇਰਾ ਲਗੀ ਹੋਈ ਹੈ ਅੰਮ੍ਰਿਤ ਉਹੀ ਚੀਜ਼ ਹੋਈ ਹੈ ਤੁਹਾਡੇ ਦੇ ਬਾਅਦ ਵਾਪਸ ਪਾਇਆ ਜਾਊਗਾ। ਇਸ ਤਰ੍ਹਾਂ ਖਿਆਲ ਨਾਲ ਸਾਵਧਾਨ ਹੋ ਜਾਓ ਕਿਸੇ ਬੀਬੀ ਭੈਣ ਨੇ ਕਛਹਿਰੇ ਬਗੈਰ ਅੰਮ੍ਰਿਤ ਦੀ ਦਾਤ ਨਹੀਂ ਲੈਣੀ ਅਤੇ ਕਤਾਰ ਸਾਰੇ ਆ ਕੇ ਲੋਕ ਦੇ ਸ਼ਾਂਤੀ ਸੀ ਇਸ਼ਨਾਨ ਕਰੀਦੇ ਹਾਂ ਪਾਵਾਂ ਕੋਈ ਸੁਧਾਰ ਕਰਾਉਣਾ ਕਰਪਾਉਣਾ ਠੀਕ ਹੈ ਸਾਤੀ ਤੀਆਂ ਲੋਹੇ ਦੀਆਂ ਉਹ ਵੀ ਮਾਂਚ ਵਿੱਚ ਜਾ ਸਕਦੇ ਹਨ, ਸਟੀਲ ਦੀ ਕਿਰਪਾਨ ਨਹੀਂ ਚਾਲੀ ਘੁਮਾਉਂਦੇ ਕੋਠੇ ਚੋਂ ਨਾ ਹੋਏ ਸਟੀਲ ਦਾ ਕੜਾ ਨਹੀਂ ਚੱਲਣਾ, ਸਟੀਲ ਧਾਤੂ ਨਹੀਂ ਲੋਹਾ ਧਾਤੂ ਮੰਨਿਆ ਹੈ, ਸਾਵਧਾਨ ਹੋ ਜਾਓ ਫਿਰ ਧੋਖਾ ਟੁੱਟੀ ਨਾ ਹੋਏ ਪ੍ਰਕਾਰ ਇੱਥੇ ਵੈਦ ਦੇ ਪੈਰ ਪਏ ਹਨ ਸਾਨੂੰ ਕਿਸੇ ਇਸ਼ਨਾਨ ਕਰੋ ਪਰਮਾਤਮਾ ਇਸ਼ਨਾਨ ਕੀਤਾ ਏਅਰ ਲੈਟਰ ਦੀ ਹਰਕਤ ਹੋਈ ਹੈ ਫਿਰ ਇਸ਼ਨਾਨ ਕਰ ਲਓ ਕਿਸਾਨ ਪਾਣੀ ਪੜੋ ਸਵੱਛ ਸ਼ੁੱਧ ਤਾਈ ਨਾਲ ਆਣ ਸਕੇ ਅੰਮ੍ਰਿਤ ਇੱਕ ਬੜੀ ਚੀਜ਼ ਹੈ, ਕੋਈ ਤਰੁੱਟੀਆਂ ਦੀ ਸੰਗਤ ਨਾ ਖੀਮਾ ਕਰ ਜਿਵੇਂ ਚੀਜ਼ ਨੂੰ ਮੰਨ ਜਾ ਕੋਈ ਚੱਲਣਗੇ ਅੱਗੇ ਵੱਧ ਤੇ ਸਿੱਖੀ ਜੀਵਨ ਵਾਸ ਰੋਪੇ ਜ਼ਿੰਦਗੀ ਨਾਮ ਬਾਣੀ ਦੀ ਸ਼ੇਰ ਕਰ ਰੱਖੋ ਦਿਓ ਸਜਣ ਸਿੱਖੜੀਆਂ ਜੋ ਹੋਵੇ ਆਏ ਰੰਗਤ ਗੋਰ ਅਮਰਦਾਸ ਰਾਮਦਾਸਾਂ
तकरीबन वाज सतगुरु जी बाणी पढ़दियां कीर्तन कथा विचारां करदियां होयां आप जी दे सेवकां पासों होईयां अग्ञानता वश भुलां तुकां खिमा करनियां बाणी पढ़ी सुनी सचखंड विखे प्रवान करनी बाणी दा भाव आईयां होंदियां संतां दे हिरदयां विच वसाउणा गरीबन वाज सतगुरु जी ऐ समय समूह संतां ने महापुरखां ने टकसाल दे विद्यार्थियां ने विद्वाना ने हाजरिया भरिया हन सब दिया हाजरिया दरसल भेटावां कर प्रवान करनिया अपने दरों घरों सिखी सिदक भरोसा नामदान बख्शिश करना गरीबन वाज सतगुरु जी इस तरह महापुरखों के जोड़ मेले श्रद्धा भावना प्यार के उत्साह के नाल मनाउण दा बल उदम बख्शिश करना गरीबन वाज सतगुरु जी टकसाल दे सारे विद्यार्थियों के सिर ते मेहर भरिया हथ रखना एकता बख्शिश करना चढ़ती कला प्रचार की सेवा करवानी गरीबन वाज सतगुरु जी इस वेले आप जी की पावन पवित्र हजूरी विच समूह संतां वालों कड़ा प्रसादी दीख सच की हाजिर हुई है सजाउण वाले सिंघां दे पासों होईआं सुखां भुल्लां चुकां खिमा करनियां नंद साहब जी के पाठ जी की अरदास भुल चुक मुआफ करनी अन प्रकार भोजन बहु कीए बहु व्यंजन मिष्टाए करी पाक साल सोच पवित्रा मुन लावा भोग हर राय आप जी का सिद्ध प्रसाद साध संत विच वरते जो छके सुहास सुहास वाहिगुरु 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 पवित्र नाम जपे गरीबन वाज सतगुरु जी पावन हुक्मनामा बख्शिश करो हुक्मनामे अनुसार चलन की बलबुद्धि समर्था बख्शिश करनी गरीबन वाज सतगुरु जी पाक पंडाल दे वी दीवान सजाउण दी आग्या बख्शिश करो गुरु घर दे विच अमृत संचार हो रहे ने गरीबन वाज सतगुरु जी आप ही संतां दे मन प्रेर के खंडे बाटे का अमृत शगन छकाउण दी गरीबन वाज सतगुरु जी उन्हां दे मन दे विच इच्छा पैदा करो जन्म मरण मेटो त्रासी तो बचा के रखना गरीबन वाज सतगुरु जी पढ़दे सुनदे सरबत लाहेवंत होवन अड़े सो चढ़े शरण परे सो तरे नानक नाम हर हर ध्याई अर्जन सुकृत करिए
देख फटाफट बताओ। राम जपो जी कैसे
वाहिगुरु जी का खालसा वाहिगुरु जी की फतेह। सरबत साहिबां नूं बेनती है भाई प्रार्थना ते एक वक्त रही है देख लै करके गुरु के लंगरां विखे प्रसादा पाणी छको जो पिंडां तों वी जथा पहुंच चुका है बाबा कन्हा जी वर्गे दर्शन सिंह जी वर्गे बाबा राजा सिंह जी वर्गे अमरदास साहिब तों जथा पहुंचा है पिंडां दर्शन संत अवतार सिंह जी बदनी वाले पहुंच चुके हैं जवा संदीप सिंह सोधी जी पहुंच चुके हैं सारे संत महापुर दवान हाथ लेके हाल जी आभा लेके सरबत साखत लंगर खाने सर करके भाई गुरु के दवान हाथ पे जुड़े सतगुरां दा प्रकाश मान होगा। तो सिंघां नूं बेनती है जो फटाफट साहिब जी सिंह महाराज जी के पास रूप प्रकाश साहब उन्हां नूं सुखा करके सेवा करो बेनती है देख लै करके सारी संगत वग जा लो पांच प्यारे साहिबाना ने अंदर देवे लै करके आनी आ ਇਹ ਬੇਨਤੀ ਪ੍ਰਵਾਨ ਕਰੋ ਜੀ ਦੇਵ ਲੈ ਕਰਕੇ ਸਰਬੱਤ ਸੰਗਤ ਗੁਰੂ ਦੇ ਲੰਗਰਾਂ ਵਿਖੇ ਪਹੁੰਚੋ ਸਾਹਿਬ ਬੇਦਾ ਕਰੋ ਜੋ ਪੰਜ ਪਿਆਰੇ ਸਾਹਿਬਾਨ